بسم اللہ الرحمن الرحیم السلام علیکم ویورز ਤੁਸੀਂ ਵੇਖ ਰਹੇ ਹੋ ਆਪਣਾ YouTube ਚੈਨਲ ਸਹੋਤਾ ਡੇਰੀ ਐਂਡ ਕੈਟਲ ਫਾਰਮ ਚੱਕ ਨੰਬਰ 64 ਫੋਰ ਅਰ تحصیل ਹਰੁਨਾਬਾਦ ਤੇ ਮੈਂ ਤੁਹਾਡਾ دوست حاجی وسیم ਉਮੀਦ ਕਰਦੇ ਹਾਂ ਤੁਸੀਂ ਸਾਰੇ ਖੈਰiyat ਨਾਲ ਹੋਗੇ ਅੱਜ ਦਿਨ ਐਤਵਾਰ ਦਾ ਤੇ ਤਾਰੀਖ 18 ਸਤੰਬਰ 2022 ਅੱਜ ਅਸੀਂ ਦੋ ਜਾਨਵਰ ਆਪਣੀ ਵੀਡੀਓ ਦੇ ਵਿੱਚ ਲਾਣੇ ਨੇ ਬਾਕੀ ਦੋਵਾਂ ਜਾਨਵਰਾਂ ਦੀ ਤੁਹਾਨੂੰ ਅਸੀਂ ਆਪਣਾ ਨਸਲ ਜਿਹੜੀ ਹੈ ਉਹ ਤੁਹਾਨੂੰ ਦੱਸਨੇ ਆ ਇਹ ਜਿਹੜੀ ਪਹਿਲੇ ਨੰਬਰ ਤੇ ਗਾਵ ਹੈ ਇਹ ਤੁਹਾਨੂੰ ਨਜ਼ਰ ਆ ਰਹੀ ਹੈ ਸਕਰੀਨ ਦੇ ਉੱਤੇ ਇਹ ਸਾਈਵਾਲ ਨਸਲ ਹੈ ਤੇ ਜਿਹੜੀ ਦੂਸਰੀ ਹੈ ਉਹ ਫਰੀਜ਼ਨ ਤੇ ਚੋਲਸਤਾਨੀ ਕਰਾਸ ਹੈ ਚੋਲਸਤਾਨ ਦੇ ਥੋੜਾ ਜਿਹਾ ਆਪਣਾ ਟੱਚ ਉਹਦੇ ਵਿੱਚ ਤੇ ਜਿਹੜੀ ਸਾਈਵਾਲ ਨਸਲ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਜਿਵੇਂ ਕਿ ਪਾਕਿਸਤਾਨ ਦੀ ਆਪਣੀ ਬਰੀਡ ਹੈ ਮਾਸ਼ਾਅੱਲਾ ਇਹਦੇ ਨਾਲ ਨਾਲ ਤੁਹਾਨੂੰ ਅਸੀਂ ਇਹਨਾਂ ਦਾ ਜਿਹੜਾ ਫਸਟ ਟਾਈਮ ਡਿਲੀਵਰੀ ਤੇ ਮਿਲਕਿੰਗ ਰਿਕਾਰਡ ਰ ਹੈ ਉਹ ਵੀ ਅਸੀਂ ਤੁਹਾਨੂੰ ਦੱਸਨੇ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨੇ ਆ ਬਾਕੀ ਸਾਡੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਜਿਹੜੇ ਭਾਈ ਦੀ ਅਸੀਂ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰੀਏ ਉਹਦਾ ਅਸੀਂ ਮੋਬਾਈਲ ਨੰਬਰ ਵੀ ਨਾਲ ਦਈਏ ਤਾਂ ਕਿ ਤੁਸੀਂ ਆਪਣੀ ਤਸੱਲੀ ਕਰ ਲੋ ਉਹਨਾਂ ਦੇ ਨਾਲ ਤੁਸੀਂ ਡਾਇਰੈਕਟ ਕੰਟੈਕਟ ਕਰਕੇ ਆਪਣਾ ਜਿਹੜਾ ਕੋਈ ਜਾਨਵਰ ਤੁਹਾਨੂੰ ਪਸੰਦ ਆਵੇ ਉਹ ਤੁਸੀਂ ਆਪਣਾ ਉਹਨਾਂ ਨਾਲ ਰੇਟ ਤੈਅ ਕਰਕੇ ਤੇ ਜਾਨਵਰ ਖਰੀਦ ਸਕੋ ਇਹ ਮੋਬਾਈਲ ਨੰਬਰ ਉੱਤੇ ਕਾਦਰੀ ਭਾਈ ਦਾ ਚੱਲ ਰਿਹਾ ਹੈ ਇਹਨਾਂ ਦੀ ਲੋਕੇਸ਼ਨ ਹਾਸਲਪੁਰ ਦੀ ਹੈ ਸਾਈਵਲ ਨਸਲ ਕਰਾਸ ਗਾਂ ਹੈ ਜਿਹੜੀ ਪਹਿਲੀ ਤੁਹਾਨੂੰ ਅਸੀਂ ਸ਼ੋਅ ਕਰਵਾ ਰਹੇ ਹਾਂ ਤੇ ਮਾਸ਼ਾਅੱਲਾ ਆਪਣੀ ਇਹਦੀ ਆਰਡਰ ਕੁਆਲਿਟੀ ਚੈੱਕ ਕਰੋ ਮੋਟ ਬਰ ਥਣ ਲੱਗੇ ਹੋਏ ਨੇ ਇਹਨੂੰ ਫੋਨ ਨੰਬਰ ਉਤੇ ਚੱਲ ਰਿਹਾ ਜੇ ਇਸ ਕਿਸੇ ਭਾਈ ਨੂੰ ਪਸੰਦ ਹੋਵੇ ਉਹ ਆਪਣਾ ਇਹਨਾਂ ਨਾਲ ਰਾਬਤਾ ਕਰੇ ਡਾਇਰੈਕਟ ਇਹਨਾਂ ਨਾਲ ਰਾਬਤਾ ਕਰਕੇ ਆਪਣਾ ਜੋ ਤੁਹਾਡਾ ਇਹਨਾਂ ਨਾਲ ਰੇਟ ਤੈ ਹੋਵੇ ਉਹਦੇ ਮੁਤਾਬਕ ਤੁਸੀਂ ਆਪਣਾ ਜਾਨਵਰ ਖਰੀਦੋ ਸਾਈਵਾਲ نسل ਦਾ ਫਾਇਦਾ ਇਹ ਵੀ ਹੈ ਕਿ ਗਰਮੀ ਬਿਲਕੁਕੁਲ ਮਹਿਸੂਸ ਨਹੀਂ ਕਰਦੀ ਤੇ ਬਾਕੀ ਤੁਹਾਨੂੰ ਮੈਂ ਕਹਿ ਰਿਹਾ ਸਾਂ ਕਿ ਇਹਦਾ ਫਸਟ ਟਾਈਮ ਜਿਹੜਾ ਮਿਲਕੀਅਨ ਰਿਕਾਰਡਰ ਹੈ ਉਹ ਤੁਹਾਨੂੰ ਮੈਂ ਦੱਸਦਾ ਜਾਵਾਂ 14 ਲੀਟਰ ਇਹ ਕਾਦਰੀ ਭਾਈ ਦੇ ਬਕੌਲ 14 ਲੀਟਰ ਦੇਂਦੀ ਰਹੀ ਹੈ ਦੁੱਧ ਮਾਸ਼ਾਅੱਲਾ ਹੁਣ ਜਿਹੜਾ ਦੂਸਰਾ ਜਾਨਵਰ ਹੈ ਉਹ ਤੁਹਾਨੂੰ ਖਾਨੇ ਫਰੀਜ਼ਨ ਤੇ ਚੋਲਸਤਾਨੀ ਕਰਾਸ ਆ ਵੇਖੋ ਮਾਸ਼ਾਅੱਲਾ ਮਾਸ਼ਾਅੱਲਾ ਇਹਦੇ ਆਰਡਰ ਕੁਆਲਿਟੀ ਚੈੱਕ ਕਰੋ ਤੁਸੀਂ ਫਰੀਜ਼ਨ ਤੇ ਚੋਲਸਤਾਨੀ ਕਰਾਸ ਗਾਮ ਸੈਕੰਡ ਟਾਈਮ ਇਹ ਡਿਲੀਵਰ ਕਰਨਾ ਇਹਨੇ ਤੇ ਜਿਹੜੇ ਦੇਣੇ ਆਪਣਾ ਡਿਲੀਵਰੀ ਦੇ ਵਿੱਚ ਲੈ ਰਹੀ ਹੈ ਉਹ ਕੁਝ 10 ਤੋਂ 15 ਦਿਨੇ ਡਿਲੀਵਰੀ ਦੇ ਲੈ ਰਹੀ ਹੈ ਮੋਬਾਈਲ ਨੰਬਰ ਉੱਤੇ ਚੱਲ ਰਿਹਾ ਹੈ ਲੋਕੇਸ਼ਨ ਇਹਨਾਂ ਦੀ ਹੈ ਹਸਲਪੁਰ ਤੇ ਇਹ ਵੀ ਸੈਕੰਡ ਟਾਈਮ ਇਹਨੇ ਡਿਲੀਵਰ ਕਰਨਾ ਹੈ ਤੇ ਫਸਟ ਟਾਈਮ ਇਹਦਾ ਜਿਹੜਾ ਮਿਲਕਿੰਗ ਰਿਕਾਰਡਰ ਹੈ ਉਹ ਵੀ ਮੈਂ ਤੁਹਾਨੂੰ ਦੱਸਾਂ ਮਾਸ਼ਾਅੱਲਾ ਪਹਿਲਾਂ ਤੁਸੀਂ ਚੈੱਕ ਕਰੋ ਇਹ ਵੇਖ ਥੋੜਾ ਕੈਮਰੇ ਨੂੰ ਵੇਖ ਕੇ ਕਰ ਰਹੀ ਹੈ ਆਰਡਰ ਕੁਆਲਟੀ ਚੈੱਕ ਕਰੋ ਮਾਸ਼ਾਅੱਲਾ ਤੇ ਦਿਨ 10 ਤੋਂ 15 ਦਿਨ ਹੀ ਲੈ ਰਹੀ ਹੈ ਡਿਲੀਵਰ ਕਰੇਗੀ ਤੇ ਫਸਟ ਟਾਈਮ ਦਾ ਇਹਦਾ ਜਿਹੜਾ ਮਿਲਕਿੰਗ ਰਿਕਾਰਡਰ ਹੈ ਉਹ 16 ਲੀਟਰ ਦੇ ਦੁੱਧ ਦੇਂਦੀ ਰਹੀ ਹੈ ਲਿੰਪੀ ਸਕੀਨ ਤੇ ਦੂਸਰਾ ਹਾਸਲਪੁਰ ਵਾਲੀ ਸਾਈਡ ਤੇ ਗਰਮੀ ਬੜੀ ਹੈ ਥੋੜਾ ਇਹਦੇ ਤੇ ਪਾਣੀ ਵੀ ਪਾ ਕੇ ਤੁਹਾਨੂੰ ਇਹ ਵੇਖੋ ਮਾਸ਼ਾਅੱਲਾ ਗਰਮੀ ਬਹੁਤ ਜ਼ਿਆਦਾ ਹੈ ਹਸਲਪੁਰ ਵਾਲੀ ਸਾਈਡ ਤੇ ਬਾਕੀ ਜਾਨਵਰ ਤੁਹਾਡੇ ਸਾਹਮਣੇ ਵੇ ਜਿਸ ਭਾਈ ਨੂੰ ਕਿਸੇ ਨੂੰ ਪਸੰਦ ਹੋਵੇ ਉਹ ਆਪਣਾ ਕਾਦਰੀ ਭਾਈ ਦੇ ਨਾਲ ਕੰਟੈਕਟ ਕਰੋ ਉਹਨਾਂ ਦਾ ਮੋਬਾਈਲ ਉੱਤੇ ਚੱਲ ਰਿਹਾ ਤੇ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਆਪਣਾ ਅੱਛੀ ਤੋਂ ਅੱਛੀ ਵੀਡੀਓ ਸਸਤੇ ਤੇ ਮਿਆਰੀ ਜਾਨਵਰਾਂ ਦੀ ਵੀਡੀਓ ਅਸੀਂ ਆਪਣੇ ਚੈਨਲ ਤੇ ਅਪਲੋਡ ਕਰੀਏ ਤਾਂ ਕਿ ਜਿਹੜੇ ਦੋਸਤ ਮੰਡੀਆਂ ਤੇ ਆਪਣਾ ਦੂਸਰੇ ਲੋਕਾਂ ਦੀ ਜਗ੍ਹਾ ਤੇ ਜਾ ਕੇ ਵਿਜ਼ਿਟ ਨਹੀਂ ਕਰ ਸਕਦੇ ਉਹ ਸਾਡੀ ਵੀਡੀਓ ਵੇਖ ਕੇ ਥੋਕ ਫਾਇਦਾ ਹਸਲ ਕਰ ਸਕਣ ਬਾਕੀ ਕੋਸ਼ਿਸ਼ ਇਹ ਹੀ ਕਰੋ ਕਿ ਤੁਸੀਂ ਆਪਣਾ ਜਿਹੜਾ ਕ੍ਰਾਸ ਜਾਨਵਰ ਨੇ ਉਹ ਖਰੀਦੋ ਇੰਪੋਰਟਡ ਜਾਨਵਰ ਜਿਹੜੇ ਨੇ ਜਿਵੇਂ ਕਿ ਡੱਚ ਤੇ ਆਪਣਾ ਆਸਟ੍ਰੇਲੀਅਨ ਤੇ ਪਿਓਰ ਫਰੀਜ਼ੀਅਨ ਉਹਨਾਂ ਦੀ ਸਾਂਭ ਜਿਹੜੀ ਉਹ ਬਹੁਤ ਮੁਸ਼ਕਲ ਹੈ ਆਮ ਫਾਰਮਰ ਜਿਹੜਾ ਹੈ ਉਹ ਤੇ ਉਹਨਾਂ ਦਾ ਖਰਚਾ ਹੀ ਆਪਣਾ ਬਰਦਾਸ਼ਤ ਨਹੀਂ ਕਰ ਸਕਦਾ ਤੇ ਬਾਕੀ ਜਿਹੜੇ ਜਿਹੜੇ ਦੋਸਤਾਂ ਨੂੰ ਸਾਡੀ ਵੀਡੀਓ ਪਸੰਦ ਆਈ ਹੋਵੇ ਉਹ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਬਾਕੀ ਸਾਡੇ ਚੈਨਲ ਦੇ ਜਿਹੜੇ ਦੋਸਤਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਦਬਾਓ ਤਾਕਾ ਅਨਲਿਟਿਕਸ ਮਾ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ